ਜੀ ਬਾਈ ਜੀ ਗੱਡੀ ਲੋਡ ਕਰਕੇ ਨਿਕਲੇ ਸੀਗੇ ਆਪਾਂ ਉਥੋਂ ਤੇ ਅੱਗੇ ਹੁਣ ਆਪਾਂ ਏਜੰਸੀ ਦੇ ਕੋਲੇ ਰੁਕਣ ਲੱਗੇ ਤੇ ਯੂਰੀਆ ਪਾਉਣਾ ਆਪਾਂ 26 ਲੀਟਰ ਹੈਗਾ ਯੂਰੀਆ ਬਾਈ ਜੀ 20 ਲੀਟਰ ਵਾਲੀ ਇੱਕ ਬਾਲਟੀ ਪਾ ਲੈਂਦੇ ਹਾਂ ਇੱਕ ਭਰੀ ਵੀ ਬਾਲਟੀ ਲੈ ਕੇ ਟੂਲ 'ਚ ਧਰ ਲਾਂਗੇ ਚੱਲ ਅੱਗੇ ਲੋਡ ਪਈ ਮੁੜ ਕੇ ਕਈ ਵਾਰੀ ਰਾਤ ਪਰਾਤ 'ਤੇ ਮਿਲਦਾ ਨਹੀਂ ਜਾਂ ਫਿਰ ਹੋਰ ਕੰਪਨੀ ਦਾ ਪਾਉਣਾ ਪੈਂਦਾ ਕਈ ਵਾਰ ਟਾਟਾ ਦੀ ਜਾਂ ਲੇਲੈਂਡ ਜਾਂ ਹੋਰ ਕੰਪਨੀ ਦਾ ਉਹਦਾ ਥੋੜ੍ਹਾ ਜਿਹਾ ਗੱਡੀ ਦੀ ਕੰਪਨੀ ਨਾ ਥੋੜ੍ਹਾ ਜਿਹਾ ਪਾਉਂਦੀ ਹੈ ਫਰਕ ਗਰੰਟੀਆਂ ਗਰੁੰਟੀਆਂ ਦਾ ਉਹ ਕਹਿ ਦਿੰਦੇ ਸਾਡੀ ਕੰਪਨੀ ਦਾ ਹੀ ਵਰਤੋਂ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਫਿਰ 6 ਸਾਲ ਦੀ ਗਰੰਟੀ ਲਾਉਣ ਪੈਂਦੀ ਹੈ ਮਜਬੂਰੀ ਨੂੰ ਕਿਤੇ ਲੋੜ ਹੁੰਦੀ ਹੈ ਤਾਂ ਪਾ ਲਈਦਾ ਹੋਰ ਕੰਪਨੀ ਦਾ ਵੈਸੇ ਬਹੁਤ ਘੱਟ ਪਾਈਦਾ ਬਹੁਤ ਘੱਟ ਮਾੜਾ ਮੋਟਾ ਘੁੰਮ ਘੁੰਮਾ ਕੇ ਵੀ ਜਾਣਾ ਪਵੇ ਤਾਂ ਇਸੇ ਕੰਪਨੀ ਦਾ ਹੀ ਪਾਉਣ ਦੀ ਕੋਸ਼ਿਸ਼ ਕਰੀਏ ਗਰੰਟੀਆਂ ਲੰਬੀਆਂ ਬਾਈ 6 ਸਾਲ ਦੀਆਂ ਬਾਅਦ 'ਚ ਦਿੱਕਤ ਆਉਣ ਨਾਲੋਂ ਪਹਿਲਾਂ ਹੀ ਬਚਾਅ ਹੋਇਆ ਚੰਗਾ ਬਸ 1 ਕਿਲੋਮੀਟਰ ਹੈਗੀ ਹੈ ਏਜੰਸੀ ਘੁੰਮਾ ਕੇ ਲਿਆਉਂਦੀ ਹੈ ਗੱਡੀ ਬਾਈ ਉਹ ਰੋਡ ਦੇ ਉੱਪਰ ਖੜਾਉਣੀ ਠੀਕ ਨਹੀਂ ਸੀ ਅੱਗੇ ਤੋਂ ਘੁੰਮਾ ਕੇ ਸਰਵਿਸ ਰੋਡ 'ਤੇ ਹਾਂ ਅਤੇ ਇੱਧਰੋਂ ਯੂਰੀਆ ਪਾ ਕੇ ਅਤੇ ਫਿਰ ਉਹ ਫਲਾਈਓਵਰ ਦੇ ਥੱਲੇ ਦੀ ਕੱਢ ਕੇ ਚੜ੍ਹ ਜਾਵਾਂਗੇ ਹਾਈਵੇ 'ਤੇ ਬਾਈ ਏਜੰਸੀ ਭਾਰਤ ਬੈਂਚ ਟੈਪ ਲਈ ਵੈਸੇ ਕੰਪਨੀ ਨੇ ਇੱਕ ਸੁਵਿਧਾ ਦਿੱਤੀ ਆ ਵੀ ਰਾਤ ਨੂੰ ਵੀ ਆਪਾਂ ਨੂੰ ਮਿਲ ਜਾਂਦਾ ਹੋਰ ਤਾਂ ਸਮਾਨ ਨਹੀਂ ਫਿਰ ਮਿਲਦਾ ਯੂਰੀਆ ਮਿਲ ਜਾਂਦਾ ਜ਼ਰੂਰ ਰਾਤ ਪਰਾਤ 'ਤੇ ਚੜ੍ਹਦੀ ਕਲਾ ਵਾਹਿਗੁਰੂ ਜੀ PV03 BK33 ਸਰਹੰਦ ਰਾਜਪੁਰੇ ਤੋਂ ਆ ਕੇ ਆਪਾਂ ਨੂੰ ਮੁੜਨਾ ਪਿਆ ਜੀਰਕਪੁਰ ਵੱਲ ਕਿੱਥੇ ਨਹੀਂ ਰਾਜਪੁਰੇ ਤੋਂ ਅੰਬਾਲਾ ਨਾਲ ਹੀ ਹੈਗਾ ਉਹ ਬਾਰਡਰ ਬੰਦ ਹੋਣ ਕਰਕੇ ਕਿਸਾਨਾਂ ਦਾ ਧਰਨਾ ਹੋਣ ਕਰਕੇ ਨਾ ਗੱਡੀਆਂ ਸਾਈਡ ਤੋਂ ਨਹੀਂ ਘੁੰਮ ਘੁੰਮਾ ਕੇ ਜਾਂਦੀਆਂ ਕੋਈ ਕਿੱਧਰ ਦੀ ਜਾਂਦੀ ਕੋਈ ਕਿੱਧਰ ਦੀ ਜਾਂਦੀ ਆਸੇ ਪਾਸੇ ਦੀ ਆਪਾਂ ਗਏ ਸੀ ਬਾਈ ਰਾਜਪੁਰੇ ਤੋਂ ਬਨੂੜ ਬਨੂੜ ਤੋਂ ਜੀ
ਜ਼ੀਰਕਪੁਰ ਜ਼ੀਰਕਪੁਰ ਤੋਂ ਗਏ ਸੀਗੇ ਬਾਈ ਡੇਰਾਵਸੀ ਬਰਵਾਲਾ ਬਰਵਾਲੇ ਆ ਕੇ ਆਪਾਂ ਸਹਿਜਾਦਪੁਰ ਨੂੰ ਆ ਗਏ ਸਹਿਜਾਦਪੁਰ ਤੋਂ ਬਾਅਦ ਜਮੁਨਾ ਨਗਰ ਜਮੁਨਾ ਨਗਰ ਤੋਂ ਸਹਾਰਨਪੁਰ ਪਹੁੰਚ ਕੇ ਯੂਪੀ ਦੇ ਐਂਟਰ ਕਰ ਗਏ ਆਪਾਂ ਸਹਾਰਨਪੁਰ ਆ ਕੇ ਆਪਾਂ ਸਵੇਰੇ ਰੈਸਟ ਮਾਰ ਲਈ ਸੌਂ ਗਏ ਸੀਗੇ ਵੀਰੇ ਬਸ ਹੁਣੀ ਉੱਠ ਕੇ ਚੱਲੇ ਹਾਂ ਵਾ ਕੱਲ੍ਹ ਤਾਂ ਹੋਣੀ ਉਸ ਤੋਂ ਬਾਅਦ ਮੇਰੀ ਹੁੰਦੀ ਰਾਤ ਸਾਢੇ ਕੁ ਤਿੰਨ ਵਜੇ ਨਾਲ ਗੱਡੀ ਰੋਕੀ ਸੀ ਸਾਢੇ ਕੁ ਸੱਤ ਵਜੇ ਉੱਠ ਕੇ ਆਪਾਂ ਬਸ ਫਰੈਸ਼ ਹੋ ਗਏ ਆਹ ਚੁੱਕ ਕੇ ਰੈਡੀ ਹੋਏ ਹਾਂ ਆਹ ਸੀਮੈਂਟ ਵਾਲੇ ਰੋਡ ਆ ਨਾ ਬਾਈ ਜਿਹੜੇ ਬਾਹਲਾ ਬੁਰਾ ਹਾਲ ਹੈ ਗੱਡੀ ਨਹੀਂ ਇਹਦੇ 'ਤੇ ਟਿਕਦੀ ਛਾਲਾਂ ਹੀ ਮਾਰਦੀ ਰਹਿੰਦੀ ਛਾਲਾਂ ਹੀ ਮਾਰਦੀ ਰਹਿੰਦੀ ਲੋਕਲ ਵਾਲੇ ਰੋਡ ਵਧੀਆ ਹੁੰਦੇ ਆ ਹੁਣ ਅੱਜ ਕੱਲ੍ਹ ਬਣਾ ਹੀ ਨਹੀਂ ਰਹੇ ਪਤਾ ਨਹੀਂ ਕੀ ਚੱਕਰ ਇਹਨਾਂ ਨੂੰ ਕਹਿੰਦੇ ਇਹ ਰੋਡ ਵਧੀਆ ਰਾਤ ਆ ਕੇ ਸੁੱਤੇ ਆ ਬਾਈ ਸਾਢੇ ਕੁ ਤਿੰਨ ਵਜੇ ਤੇ ਮੇਰਾ ਖਿਆਲ ਹੈ ਕਾਵੜ ਦਾ ਚੱਲ ਰਿਹਾ ਇੱਥੇ ਆਹ ਦੇਖੋ ਆ ਗੱਡੀ ਆਉਂਦੀ ਸਾਹਮਣੇ ਨਾ ਕਾਵੜੀ ਹੈ ਇਹ ਵਾਰ ਤੋਂ ਕਾਵੜ ਚੱਲਦੀ ਹੈ ਮੇਰੇ ਹਿਸਾਬ ਨਾਲ ਪੈਦਲ ਕਾਵੜੀ ਭੱਜਣ ਵਾਲੇ ਡਾਕ ਕਾਵੜੀ ਆਪਣਾ ਪਿਛਲੇ ਚੱਕਰ ਨਾ ਦੋ ਨੰਬਰ ਐਕਸਲ ਦਾ ਵੀਲ ਕੱਪ ਡਿੱਗ ਪਿਆ ਸੀਗਾ ਪਤਾ ਨੀ ਖੁੱਲ ਖੱਲ ਕੇ ਡਿੱਗ ਪਿਆ ਕਿਸ ਹਿਸਾਬ ਨਾਲ ਰਾਤ ਆਪਾਂ ਆਹ ਜੋੜਾ ਲੈ ਕੇ ਆਏ ਹਾਂ ਵੀਲ ਕੱਪਾਂ ਦਾ ਤੇ ਦੋ ਨੰਬਰ ਐਕਸਲ ਤੇ ਲਾਵਾਂਗੇ ਬਾਕੀ ਤਾਂ ਸਾਰੇ ਛੁੱਟੀਆਂ ਹੋਣੀਆਂ ਤੇ ਉਹਨਾਂ ਦਿਨਾਂ 'ਚ ਗੱਡੀਆਂ ਨਹੀਂ ਲੋੜ ਹੋਣੀਆਂ
10,000 ਜਿੰਨੇ ਵੀ ਮਤਲਬ ਆਪਾਂ ਵੀ ਤਾਂ ਫੋਨ ਤੋਂ ਪਾਉਣੇ ਆ ਘੱਟ ਤੇ ਘੱਟ ਪਾ ਦਈਦੇ ਆ ਇਹ ਕੰਪਨੀ ਵਾਲੇ ਆਖਣਗੇ ਅਸੀਂ ਉਹ ਕਰਦੇ ਹਾਂ ਜੀ ਬੈਂਕ ਦੇ ਵੇ ਆ ਐਨਐਫਟੀ ਦੀ ਪਤਾ ਨਹੀਂ ਕੀ ਹੋ ਰਿਹਾ ਆਪਾਂ ਨੂੰ ਨਹੀਂ ਪਤਾ ਪਤਾ ਨਹੀਂ ਕੀ ਵੰਡੇ ਇਹਨਾਂ ਦੇ ਪਤਾ ਨਹੀਂ ਤਾਂ ਬਹਾਨੇ ਮਾਰਦੇ ਰਹਿੰਦੇ ਆ ਸਮਝੋ ਵਾਹ ਰਹੀ ਆ ਚਾਰ ਦਿਨ ਗੱਡੀ ਚੜਾਈ ਰੱਖੋ ਆਪਦਾ ਆਪ ਦੇਖੋ